ਐਮਈ ਡਿਵੈਲਪਮੈਂਟ ਇੰਸਟੀਚਿਊਟ ਲੁਧਿਆਣਾ ਦੇ ਬੈਨਰ ਹੇਠ ਐਮਐਸਐਮਈ ਦੀਆਂ ਲਾਭਪਾਤਰੀ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਲੁਧਿਆਣਾ ਸਲਾਈਨਸ਼ਿਪ ਇੰਡਸਟਰੀ ਇੰਸਟੀਚਿਊਟ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਪ੍ਰੋਗਰਾਮ ਐਮਐਸਐਮਈ ਡਿਵੈਲਪਮੈਂਟ ਇੰਸਟੀਚਿਊਟ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਪਰਮਾਰ ਤੇ ਸ੍ਰੀ ਕੁੰਦਨ ਲਾਲ ਵੱਲੋਂ ਜਿੱਥੇ ਸਲਾਈਨਸ਼ਿਪ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੂੰ ਉਹਨਾਂ ਲਾਭਪਾਤਰੀ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ, ਉੱਥੇ ਲੁਧਿਆਣਾ ਸਲਾਈਨਸ਼ਿਪ ਇੰਡਸਟਰੀ ਇੰਸਟੀਚਿਊਟ ਦੇ ਚੇਅਰਮੈਨ ਜਗਵੀਰ ਸਿੰਘ ਸੋਖੀ ਅਤੇ ਪ੍ਰਧਾਨ ਅਮਰਜੀਤ ਸਿੰਘ ਸਵੈਨ ਨੇ ਨੌਜਵਾਨਾਂ ਦੀ ਇੱਕ ਨਵੀਂ ਟੀਮ YEE ਦੇ ਗਠਨ ਦਾ ਐਲਾਨ ਕਰਕੇ ਸਿਲਾਈ ਮਸ਼ੀਨ ਉਦਯੋਗ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦਾ ਬਿਗਲ ਵਜਾ ਦਿੱਤਾ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅੱਗੇ ਲਿਆ ਕੇ ਸੋਸ਼ਲ ਮੀਡੀਆ ਐਪ ਤੇ ਟੈਕਨੋਲੋਜੀ ਨਾਲ ਵਪਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਤਾਂ ਜੋ ਇਸ ਨਾਲ ਪਿਛਲਾ ਗੈਪ ਕਵਰ ਹੋ ਸਕੇ। ਸਿਲਾਈ ਮਸ਼ੀਨ ਸਨਅਤ ਦੀ ਬਿਹਤਰੀ ਲਈ ਤਿੰਨੋਂ ਸਰਮੌਰ ਜਥੇਬੰਦੀਆਂ ਲੁਧਿਆਣਾ ਸੂਈ ਮਸ਼ੀਨ ਇੰਡਸਟਰੀ ਐਸੋਸੀਏਸ਼ਨ, ਲੁਧਿਆਣਾ ਸੂਈ ਮਸ਼ੀਨ ਡੀਲਰ ਐਂਡ ਅਸੈਂਬਲਰ ਐਸੋਸੀਏਸ਼ਨ ਔਰ ਸੂਈ ਮਸ਼ੀਨ ਡਿਵੈਲਪਮੈਂਟ ਕਲੱਸਟਰ, ਤਿੰਨਾਂ ਨੇ ਅੱਗੇ ਤੋਂ ਇਕੱਠੇ ਹੋ ਕੇ ਚੱਲਣ ਦਾ ਅਹਿਦ ਕੀਤਾ ਔਰ ਤਿੰਨਾਂ ਨੇ ਸਾਂਝੇ ਤੌਰ 'ਤੇ ਇੰਡਸਟਰੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਣ ਲਈ, ਸਮੇਂ ਦਾ ਹਾਣੀ ਬਣਾਉਣ ਲਈ ਇੱਕ ਯੰਗ ਐਨਰਜੈਟਿਕ ਐਂਟਰਪਨਿਓਰ ਗਰੁੱਪ ਦੀ ਸਥਾਪਨਾ ਜਿੱਥੇ ਕੀਤੀ ਆ YEE, ਜਿਸ 'ਚ ਸਾਡੇ ਦੋ ਪਹਿਲੇ ਪਲੇਠੇ ਮੈਂਬਰ, ਇੱਕ ਸਰਦਾਰ ਸੁਖਵਿੰਦਰ ਸਿੰਘ ਸੋਖੀ, ਦੂਜੇ ਅਭਿਨਵ ਰਖੇਜਾ ਜੀ, ਜਿਹੜੇ ਅੱਜ ਸਾਡੇ ਮੈਂਬਰ ਬਣੇ ਨੇ, ਔਰ ਇਹਨਾਂ ਸਾਰੇ ਮੈਂਬਰਸ ਨੂੰ ਲੈ ਕੇ, ਯੰਗ ਟੀਮ ਲੈ ਕੇ ਇਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਮੋਹਾਲੀ ਕਲੱਸਟਰ ਦਿਖਾਉਣ ਜਾਵਾਂਗੇ ਤਾਂ ਜੋ ਕਲੱਸਟਰ ਨੂੰ ਸਮਝ ਸਕਣ ਔਰ ਸੂਈ ਮਸ਼ੀਨ ਇੰਡਸਟਰੀ ਦੀ ਬਿਹਤਰੀ ਲਈ ਅੱਗੇ ਜਾ ਕੇ ਹੋਰ ਵੀ ਬਿਹਤਰ ਕੰਮ ਕਰ ਸਕਣ। ਇਹਦੇ ਨਾਲ ਨਾਲ ਇੱਕ ਹੋਰ ਅਹਿਮ ਕੰਮ ਅੱਜ ਇਹਨਾਂ ਐਸੋਸੀਏਸ਼ਨ ਨੇ ਕੀਤਾ, ਜਿਹੜੇ ਸਾਡੇ ਵਰਕਰ, ਸਾਡੀ ਫੈਕਟਰੀਆਂ ਦੀ ਰੀੜ੍ਹ ਦੀ ਹੱਡੀ, ਸਾਡੇ ਕਾਰੋਬਾਰ ਦੀ ਜਿੰਦ ਜਾਂ ਜਿਹੜੇ ਸਾਡੇ ਲਈ ਕੰਮ ਕਰਦੇ ਆ, ਉਹਨਾਂ ਦੀ ਬਿਹਤਰੀ ਲਈ, ਕਿਤੇ ਕੋਈ ਸੱਟ ਫਿੱਟ ਲੱਗ ਜਾਂਦੀ ਹੈ ਜਾਂ ਕੋਈ ਹੋਰ ਕੈਜੂਅਲਿਟੀ ਹੋ ਜਾਂਦੀ ਹੈ, ਉਹਨਾਂ ਲਈ ਅੱਜ ਅਸੀਂ ਇੰਸ਼ੋਰੈਂਸ ਪਲਾਨ ਸ਼ੁਰੂ ਕੀਤੇ ਆ, ਜਿਹੜੇ ਬੜੇ ਸਸਤੇ ਰੇਟਾਂ ਦੇ ਉੱਤੇ ਐਸੋਸੀਏਸ਼ਨ ਵੱਲੋਂ, ਕਿਉਂਕਿ ਗਰੁੱਪ ਦੇ ਵਿੱਚ ਇੰਸ਼ੋਰੈਂਸ ਕਰਵਾਉਣੀ ਆ ਉਹ ਸਸਤੀ ਵੀ ਪੈਣੀ ਆ, ਅੱਜ ਉਹ ਅਸੀਂ ਲੇਬਰ ਵੈਲਫੇਅਰ ਇੰਸ਼ੋਰੈਂਸ ਸਕੀਮ ਵੀ ਲਾਂਚ ਕੀਤੀ। ਮਸ਼ੀਨ ਹੈ ਉਹ ਸਾਰੀ ਇੰਪੋਰਟ ਹੋ ਰਹੀ ਹੈ, ਚਾਹੇ ਉਹ ਚਾਈਨਾ, ਚਾਹੇ ਉਹ ਤਾਈਵਾਨ ਹੈ, ਚਾਹੇ ਉਹ ਜਾਪਾਨ ਹੈ, ਕਿਉਂਕਿ ਸਾਡੀ ਜਿਹੜੀ ਇੱਥੇ ਦੀ ਕਪੈਸਿਟੀ ਹੈ ਇਹ ਅਸੀਂ ਸਿਰਫ ਬਲੈਕ ਮਸ਼ੀਨ 'ਤੇ ਰੁਕੇ ਹੋਏ ਹਾਂ। ਇਸੇ ਵਾਸਤੇ ਇਹਦਾ ਕਲੱਸਟਰ ਬਣਾਇਆ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ, ਜਦੋਂ ਮੈਂ ਇੱਥੇ ਕਲੱਸਟਰ ਨੂੰ ਲੁੱਕ ਆਫਟਰ ਕਰਦਾ ਸੀ 2003 ਦੇ ਵਿੱਚ। ਪਰਪਸ ਉਹਦਾ ਇਹੀ ਸੀ ਕਿ ਇੱਥੇ ਨਵੇਂ ਨਵੇਂ ਮਾਡਲ, ਨਵੇਂ ਨਵੇਂ ਡਿਜ਼ਾਈਨ, ਨਵੇਂ ਨਵੇਂ ਜਿਹੜੇ ਇੰਡਸਟਰੀ ਦੀ ਬਿਹਤਰੀ ਵਾਸਤੇ ਬਣਾਏ ਜਾਣ ਤਾਂ ਕਿ ਇੰਡਸਟਰੀ ਦੀ ਪ੍ਰੋਗਰੈਸ ਹੋ ਸਕੇ। ਪਰ ਇੱਥੇ ਦੀ ਜੋ ਟੋਟਲ ਇੰਡਸਟਰੀ ਹੈਗੀ ਹੈ ਤਕਰੀਬਨ 250 ਜਾਂ 300 ਕਰੋੜ ਦਾ ਟੋਟਲ ਪ੍ਰੋਡਕਟ ਬਣਾਉਂਦੀ ਹੈ, ਲੇਕਿਨ ਅਗਰ ਇਹਨੂੰ ਅਗਰ ਵੇਖਿਆ ਜਾਏ ਬਾਹਰੋਂ ਜਿਹੜੀਆਂ ਇੰਪੋਰਟ ਹੋ ਰਹੀਆਂ ਨੇ ਮਸ਼ੀਨਾਂ, ਉਹ ਤਕਰੀਬਨ ਇਹ ਤੋਂ ਕਈ ਗੁਣਾ ਜ਼ਿਆਦਾ ਮਸ਼ੀਨਾਂ ਇੰਪੋਰਟ ਹੋ ਰਹੀਆਂ ਨੇ ਇੰਡਸਟਰੀ ਦੀਆਂ, ਪਰ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਖੜ੍ਹਦੇ। ਇਹ ਜਿਹੜਾ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਬਣਿਆ ਸੀ ਇਹਦੇ ਵਿੱਚ ਮੇਨ ਮਕਸਦ ਇਹੀ ਸੀਗਾ ਕਿ ਇੰਡਸਟਰੀ ਦੀ ਬਿਹਤਰੀ ਕੀਤੀ ਜਾ ਸਕੇ, ਇਹਨੂੰ ਇਕੱਠਾ ਕੀਤਾ ਜਾ ਸਕੇ ਔਰ ਇੱਕ ਕਾਮਨ ਫੈਸਿਲਿਟੀ ਸੈਂਟਰ ਲਗਾ ਕੇ ਉਹਦੇ ਵਿੱਚ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਉਹਨਾਂ ਨੂੰ ਪੂਰਾ ਕੀਤਾ ਜਾ ਸਕਦੇ। ਇਹ ਅੱਜ ਐਸੋਸੀਏਸ਼ਨ ਦੁਬਾਰਾ ਰਿਵਾਈਵ ਇੱਕ ਕਿਸਮ ਦਾ ਮੈਂ ਸਮਝਦਾ ਹੋਈ ਹੈ ਔਰ ਇਹ ਹੁਣ ਇਹਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਨਵਾਂ ਜਿਹੜਾ ਕੰਮ ਹੈ ਕਰਕੇ ਔਰ ਇਹਦੇ ਵਿੱਚ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਤਹਿਤ ਕਰਕੇ ਅਸੀਂ ਨਵੀਂ ਪ੍ਰੋਗਰੈਸ ਕਰਨੀ ਚਾਹੁੰਦੇ ਹਾਂ। ਲੁਧਿਆਣਾ ਤੋਂ ਗੁਰਮੀਤ ਰਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੋਕਸ ਡੋਟ ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।